ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਹੁਣ ਇਸ ਨਸ਼ੇ ਦੀ ਮਾਰ ਪੰਜਾਬ ਦੇ ਹਰ ਘਰ ਤੱਕ ਪਹੁੰਚਣ ਲਈ ਤਿਆਰ ਹੈ। ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਦਿਸ਼ਾ ਨਿਰਦੇਸ਼ ਨੇ ਕਿ ਹਰ ਇੱਕ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਇਸੇ ਕੜੀ ਦੇ ਦਰਮਿਆਨ ਇੱਕ ਛਾਪਾਮਾਰੀ ਮੁਹਿੰਮ ਚਲਾਈ ਗਈ ਹੈ, ਜਿਸ ਦੇ ਵਿੱਚ ਘਰ ਘਰ ਜਾ ਕੇ ਉਹਨਾਂ ਸਮੱਗਲਰਾਂ ਦੇ ਘਰੇ ਛਾਪੇਮਾਰੀ ਹੋ ਰਹੀ ਹੈ ਜਿਨ੍ਹਾਂ ਦੇ ਉੱਤੇ ਸ਼ੱਕ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਦੋ ਵੱਡੇ ਜ਼ਿਲ੍ਹਿਆਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਇਸ ਦਰਮਿਆਨ ਨਸ਼ੇ ਦੀ ਵੱਡੀ ਖੇਪ ਪੰਜਾਬ ਦੀ ਪੁਲਿਸ ਦੇ ਹੱਥ ਲੱਗੀ ਹੈ। ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਏਰੀਏ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਵੱਡੇ ਸਰਚ ਅਭਿਆਨ ਵੱਖ ਵੱਖ ਬਸਤੀਆਂ ਅਤੇ ਮੁਹੱਲਿਆਂ ਦੇ ਵਿੱਚ ਚਲਾਈ ਗਈ, ਜਿੱਥੋਂ ਕਿ ਪੰਜਾਬ ਪੁਲਿਸ ਨੇ ਕਾਫ਼ੀ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪ ਬਰਾਮਦ ਹੋਣ ਦਾ ਦਾਅਵਾ ਕੀਤਾ। ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਉਹ ਸੁਣਾਉਂਦੇ ਹਾਂ। ਪਹਿਲਾਂ ਇਸ ਪੂਰੇ ਸਰਚ ਆਪਰੇਸ਼ਨ ਦੇ ਦਰਮਿਆਨ ਕਿਸ ਤਰ੍ਹਾਂ ਪੁਲਿਸ ਨੇ ਇਕੱਲਾ ਇਕੱਲਾ ਘਰ ਅਤੇ ਇਕੱਲਾ ਇਕੱਲਾ ਕੋਨਾ ਛਾਣਿਆ ਉਹ ਤਸਵੀਰ ਸਾਂਝੀ ਕਰਦੇ ਹਾਂ। ਦੇਖੋ, ਸਾਡੇ ਮਾਣਯੋਗ CM ਸਾਹਿਬ ਦਾ ਇਹ ਬੜਾ ਕਲੀਅਰ ਦਿਸ਼ਾ ਨਿਰਦੇਸ਼ ਹੈ ਕਿ ਆਪਾਂ ਡਰੱਗ ਮੁਕਤ ਕਰਨਾ, ਨਸ਼ਾ ਮੁਕਤ ਕਰਨਾ ਸਟੇਟ ਨੂੰ। ਉਸੇ ਸਿਲਸਿਲੇ ਦੇ ਵਿੱਚ ਮਾਣਯੋਗ DG ਸਾਹਿਬ ਵੱਲੋਂ ਸਾਰੇ ਸਟੇਟ ਦੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ। ਦੋ ਦੋ ਡਿਸਟ੍ਰਿਕਟ ਅਸੀਂ ਇੱਕ ਦਿਨ 'ਚ ਕਵਰ ਕਰਦੇ ਹਾਂ ਜੀ। ਅੱਜ ਦੇ ਦਿਨ ਜਿਵੇਂ ਡਿਸਟ੍ਰਿਕਟ SAS ਨਗਰ ਅਤੇ ਫਤਿਹਗੜ੍ਹ ਸਾਹਿਬ, ਇੱਥੇ ਦੋਨੋਂ ਜਗ੍ਹਾ ਜਿਹੜੇ ਕੋਡਨ ਅਤੇ ਸਰਚ ਓਪਰੇਸ਼ਨ ਚੱਲ ਰਹੇ ਆ ਜੀ। ਇਹਦੇ 'ਚ ਅਸੀਂ STF ਜਿਹੜੀ ਸਾਡੀ ਸਟੇਟ ਦੀ ਪ੍ਰੀਮੀਅਰ ਏਜੰਸੀ ਹੈ ਡਰੱਗਸ ਦੇ ਅਗੇਂਸਟ, ਉਹਨਾਂ ਦੇ ਨਾਲ ਸਹਿਯੋਗ ਨਾਲ ਔਰ ਆਪਣੀ ਲੋਕਲ ਇੰਟੈਲੀਜੈਂਸ ਦੇ ਨਾਲ ਅਸੀਂ ਜਿਹੜੀਆਂ ਪੋਕਿਟਸ ਨੇ ਉਹ ਆਈਡੈਂਟੀਫਾਈ ਕੀਤੀਆਂ ਜੀ। ਅਤੇ ਉਹਦੇ 'ਚ 5 ਜਗ੍ਹਾ ਇਹ ਜਿਹੜਾ ਕੈਸੋ ਓਪਰੇਸ਼ਨ ਚੱਲ ਰਿਹਾ, ਇੱਥੇ ਵੀ ਹੈ ਖਿਜ਼ਰਾਬਾਦ ਦੇ ਨੇੜੇ ਰਾਣੀ ਮਾਜਰਾ ਔਰ ਉੱਧਰ ਤ੍ਰਿਵੇਦੀ ਕੈਂਪ ਬੰਗਾਲਾ ਬਸਤੀ। ਸੋ ਇਸ ਤਰ੍ਹਾਂ ਜਿਹੜੇ ਜਿਹੜੇ ਹੋਟਸਪੋਟ ਸਾਨੂੰ ਲੱਗੇ ਉਹ ਹੋਏ ਨੇ, ਉਹਦੇ 'ਚ ਕਾਫੀ ਰਿਕਵਰੀਜ਼ ਵੀ ਹੋਈਆਂ ਜਿਹੜੀਆਂ ਕਿ ਅਸੀਂ ਤਕਰੀਬਨ 2-2.5 ਵਜੇ ਦੇ ਤੱਕ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਹਦੇ 'ਚ ਮੇਨ ਅਸੀਂ ਇਹ ਚਾਹੁੰਦੇ ਹਾਂ ਕਿ ਦੇਖੋ ਜਿਹੜੀ ਪ੍ਰੀਵੈਂਸ਼ਨ ਹੈ ਉਹ ਪੁਲਿਸ ਨੇ ਕਰਨੀ ਹੈ ਉਹ ਅਸੀਂ ਕਰ ਰਹੇ ਹਾਂ। ਇਸ ਤੋਂ ਇਲਾਵਾ ਪਬਲਿਕ ਦੀ ਪਾਰਟੀਸਪੇਸ਼ਨ ਵੀ ਜਿਹੜੀ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਇੱਥੇ ਸ਼ਾਹੀ ਮਾਜਰੇ ਦੇ ਵਿੱਚ ਆਪਾਂ ਖੜ੍ਹੇ ਹਾਂ, ਤੁਸੀਂ ਸਾਰਾ ਦੇਖਿਆ ਓਪਰੇਸ਼ਨ, ਪਬਲਿਕ ਤੋਂ ਵੀ ਮੈਂ ਫੀਡਬੈਕ ਲਈ ਹੈ, ਸਪੈਸ਼ਲੀ ਜਿਹੜੇ ਯੰਗਸਟਰਸ ਨੇ, ਕਿਉਂਕਿ ਜਿਹੜੇ ਨਵੀਂ ਜਨਰੇਸ਼ਨ ਹੈ ਉਹਦੇ ਸਾਨੂੰ ਅਵੇਅਰਨੈਸ ਵੀ ਬਹੁਤ ਜ਼ਰੂਰੀ ਹੈ। ਔਰ ਜਿਵੇਂ ਵੱਡੀ ਪ੍ਰੋਗਰਾਮ ਪਹਿਲਾਂ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਕਿ ਆਪਣੇ ਨਾਲ ਦੇ ਦੋਸਤ ਨੂੰ ਵੀ ਸਮਝਾਉਣਾ, ਔਰ ਇਸੇ ਤਰ੍ਹਾਂ ਜਿਹੜੇ ਹੁਣ ਅਸੀਂ ਜੋ ਮੈਂ ਅਤੇ SSP ਸਾਹਿਬ ਨੇ ਮੋਹਾਲੀ ਵਾਸਤੇ ਪਲੈਨ ਕੀਤਾ, ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ DC ਮੋਹਾਲੀ ਨਾਲ ਵੀ ਅਸੀਂ ਇਹ ਗੱਲ ਬਾਰੇ ਕੀਤੀ ਸੀ ਕਿ ਅਸੀਂ ਹੈਲਥ ਅਥੋਰਿਟੀਜ਼ ਦੇ ਨਾਲ ਗੱਲ ਕਰਕੇ, ਕਿਉਂਕਿ ਜਿੱਥੇ ਨਸ਼ੇ ਦਾ ਸਾਡਾ ਇਲਾਜ ਹੋ ਰਿਹਾ ਉੱਥੋਂ ਵੀ ਸਾਨੂੰ ਬਹੁਤ ਕੁਝ ਫੀਡਬੈਕ ਮਿਲਦਾ ਔਰ ਉਹਨਾਂ ਦੀ ਸਾਨੂੰ ਪਾਰਟੀਸਪੇਸ਼ਨ ਦੀ ਬੜੀ ਲੋੜ ਹੈ। ਇਸੇ ਤਰ੍ਹਾਂ ਅਸੀਂ ਇਹ ਸੋਚਿਆ ਸੀ ਕਿ ਸਟੂਡੈਂਟਸ ਨੂੰ ਰਿਲੀਜੀਅਸ ਲੀਡਰ ਜਿਹੜੇ ਕੋਈ ਜਿਨ੍ਹਾਂ ਦਾ ਇਨਫਲੂਐਂਸ ਹੈ, ਇਸੇ ਤਰ੍ਹਾਂ ਕੋਈ ਜਿਹੜੇ ਆਪਣੇ ਆਰਟਿਸਟ ਨੇ ਜਾਂ ਕੋਈ ਰੋਲ ਮਾਡਲਸ ਨੇ, ਆਈਕੋਨਸ ਨੇ, ਉਹਨਾਂ ਨੂੰ ਸ਼ਾਮਿਲ ਕਰਕੇ ਅਸੀਂ ਮੋਹਾਲੀ ਦੇ ਵਿੱਚ ਇੱਕ ਬੜੀ ਵੱਡੀ ਡਰਾਈਵ ਪਲੈਨ ਕੀਤੀ। ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਉਹ ਵੀ ਸ਼ੇਅਰ ਕੀਤੀ ਜਾਏਗੀ, ਤੁਸੀਂ ਕਵਰ ਵੀ ਕਰੋਗੇ। ਸੋ ਦੈਟ ਇਹ ਮਕਸਦ ਇਹ ਹੈ ਕਿ ਇੱਕ ਦਿਨ ਦਾ ਇਹ ਪ੍ਰੋਗਰਾਮ ਨਾ ਹੋਵੇ ਔਰ ਇਹਨੂੰ ਅਸੀਂ ਇਸ ਤਰੀਕੇ ਨਾਲ ਅੱਗੇ ਲੈ ਕੇ ਜਾਈਏ ਕਿ ਉਹਦਾ ਇਫੈਕਟ ਜਿਹੜਾ ਕੰਟੀਨਿਊਸ ਚੱਲਦਾ ਰਹੇ। ਔਰ ਦੂਸਰਾ ਜਿਹੜੇ ਪਬਲਿਕ ਦੀ ਪਾਰਟੀਸਪੇਸ਼ਨ, ਔਰ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਡੇ ਕੋਲ ਵੀ ਬੜੀ ਅੱਛੀ ਇਨਫੋਰਮੇਸ਼ਨ ਆਉਂਦੀ ਹੈ। ਅੱਜ ਇੱਕ ਇੱਥੇ ਦੁਬਾਰਾ ਸੁਝਾਵ ਆਇਆ, ਹਾਲਾਂਕਿ ਡਰੱਗ ਹੈਲਪਲਾਈਨ ਚੱਲ ਰਹੀ ਹੈ, ਪਰ ਇੱਕ ਸਪੈਸੀਫਿਕ ਜਿਹੜਾ ਨੰਬਰ SSP ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਹੈ ਕਿ ਉਹ ਸਪੈਸ਼ਲ ਡਰੱਗਸ ਨੂੰ ਕਵਰ ਕਰਨ ਵਾਸਤੇ, ਜਿੱਥੇ ਕਿ ਲੋਕ ਇਹ ਚਾਹੁੰਦੇ ਆ ਕਿ ਸਾਡਾ ਨਾਮ ਸੀਕ੍ਰੇਟ ਰੱਖਿਆ ਜਾਵੇ, ਵਟਸਐਪ ਨੰਬਰ
ਤੁਹਾਡੇ ਰਾਹੀਂ ਅਸੀਂ ਸ਼ੇਅਰ ਕਰਾਂਗੇ ਔਰ ਉਹ ਕਿਸੇ ਬੜੇ ਸੀਨੀਅਰ ਲੈਵਲ ਦੇ ਆਫਿਸਰ ਹੀ ਉਹਨੂੰ ਮੋਨੀਟਰ ਕਰਨਗੇ ਸੋ ਦੈਟ ਕੋਈ ਲੀਕੇਜ ਨਾ ਹੋਵੇ। ਅਸੀਂ ਚਾਹੁੰਦੇ ਹਾਂ ਕਿ ਲੋਕ ਪਾਰਟਿਸਿਪੇਟ ਕਰਨ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਪੁਲਿਸ ਜਾਂ ਇਨਫੋਰਸਮੈਂਟ ਕਿਤੇ ਵੀ ਕਾਮਯਾਬ ਨਹੀਂ ਹੁੰਦੀ। ਖਰੜ ਦੇ ਵਿੱਚ ਹੁਣੇ ਰਿਕਵਰੀ ਹੋਈ ਹੈ ਜਿਹੜੇ ਖਰੜ ਦੀ ਪੁਲਿਸ ਨੇ ਸਰਚ ਆਪਰੇਸ਼ਨ ਕੀਤਾ ਸੀਗਾ। LIC ਦੀ ਇੱਕ ਕਲੋਨੀ ਆ, ਉਸਦੇ ਵਿੱਚ ਕਈ ਛੋਟੇ ਛੋਟੇ ਬੱਚੇ ਨੇ, ਮਹਿਜ਼ 15-15 ਸਾਲਾਂ ਦੀ ਉਮਰ ਹੈ, ਉਹਨਾਂ ਦੇ ਕੋਲੋਂ ਜਿਹੜੇ ਗਾਂਜਾ ਜਿਹੜਾ ਬੜਾ ਮਿਲਿਆ, ਉਹ ਕਿਸ ਚੀਜ਼ ਨਾਲ ਦੇਖਦੇ, ਉਹ ਆ ਕਿੱਥੋਂ ਰਿਹਾ ਅਤੇ ਬੱਚਿਆਂ ਕੋਲ ਵਿਕਾਇਆ ਜਾ ਰਿਹਾ? ਦੇਖੋ ਜਿਹੜੀਆਂ ਸਪਲਾਈ ਲਾਈਨਸ ਬਹੁਤ ਪਿੱਛੇ ਦੇ ਜਿਹੜਾ ਡਰੱਗ ਫੜੀ ਗਈ ਹੈ ਪੰਜਾਬ 'ਚ ਵੀ, ਸਾਡੀ ਰੇਂਜ ਦੇ ਵਿੱਚ ਵੀ ਔਰ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਵੀ, ਚਾਹੇ ਉਹ ਸਿੰਥੈਟਿਕ ਹੈ, ਚਾਹੇ ਉਹ ਹੀਰੋਇਨ ਹੈ, ਚਾਹੇ ਉਹ ਗਾਂਜਾ ਹੈ। ਸੋ ਗਾਂਜੇ ਦਾ ਆਮ ਜੋ ਪਹਿਲਾਂ ਚੱਲਦਾ ਹੈ UP ਬਿਹਾਰ ਤੋਂ ਹੀ ਲੋਕ ਲੈ ਕੇ ਆਉਂਦੇ ਔਰ ਜ਼ਿਆਦਾਤਰ ਇਹਦਾ ਜਿਹੜਾ ਯੂਜੇਜ ਹੈ ਉਹ ਮਾਈਗ੍ਰੈਂਟ ਪਾਪੂਲੇਸ਼ਨ ਦੇ ਵਿੱਚ ਹੁੰਦਾ। ਅਸੀਂ ਇਹਦੀ ਬੈਕਵਰਡ ਲਿੰਕੇਜਸ ਦੇ ਵਿੱਚ ਹੀ ਸਾਰਾ ਕੰਮ ਕਰਦੇ ਹਾਂ। ਹੁਣ ਜਿਵੇਂ ਪਿੱਛੇ ਜੇ ਈਵਨ ਡਿਸਟ੍ਰਿਕਟ ਰੋਪੜ ਦੇ ਵਿੱਚ ਵੀ ਛੋਟੀ ਰਿਕਵਰੀ ਤੋਂ ਇੱਕ ਬਹੁਤ ਵੱਡੀ ਰਿਕਵਰੀ 1 ਕਿਲੋ ਕੁਛ ਹੀਰੋਇਨ ਦੀ ਹੋਈ ਔਰ ਸਾਰਾ ਬਾਰਡਰ ਤੱਕ ਉਹਦੇ ਤਾਰ ਗਏ। ਸੋ ਇਸ ਤਰ੍ਹਾਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਵੀ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਵੀ, ਸਾਡੀ ਰੇਂਜ ਦੇ ਵਿੱਚ ਬਹੁਤ ਸਾਰੀਆਂ ਰਿਕਵਰੀਆਂ ਅੱਛੀਆਂ ਹੋਈਆਂ। ਔਰ ਜਿਹੜਾ ਇਹ ਸਪਲਾਈ ਲਾਈਨ ਤੋੜਨੀ ਇੱਕ ਚੀਜ਼ ਹੈ, ਇਨਫੋਰਸਮੈਂਟ ਦਾ ਬੜਾ ਇੰਪੋਰਟੈਂਟ ਪਾਰਟ ਹੈ, ਬਟ ਅਸੀਂ ਉਹਦੇ ਬੈਕਵਰਡ ਲਿੰਕੇਜਸ ਵੀ ਨਾਲ ਲੈ ਕੇ ਆਉਂਦੇ ਹਾਂ। ਲੋਕਾਂ ਦੇ ਪ੍ਰੋਪਰਟੀਜ਼ ਫਰੀਜ਼ ਕਰਾ ਰਹੇ ਹਾਂ, ਕਾਫੀ ਕੇਸ ਮੋਹਾਲੀ ਦੇ ਵਿੱਚ ਤਿਆਰ ਕੀਤੇ ਗਏ ਨੇ ਜੋ ਕਿ ਕੰਪੀਟੈਂਟ ਅਥਾਰਟੀ ਤੋਂ ਉਹ ਅਸੀਂ ਫਰੀਜ਼ ਵੀ ਕਰਾਵਾਂਗੇ। NDPS POs ਦੇ ਉੱਤੇ ਵੀ ਅੱਛਾ ਕੰਮ ਹੋਇਆ ਔਰ ਇਹਨੂੰ ਇੱਕ ਮਤਲਬ ਅਸੀਂ ਡਰਾਈਵ ਬਣਾਈ ਹੋਈ ਹੈ ਕਿ ਇੱਕ ਤਹੀਆ ਕੀਤਾ ਹੋਇਆ ਇਸ ਗੱਲ ਦੇ ਉੱਤੇ ਕਿ ਇਹਨੂੰ ਅਸੀਂ ਮੁਕਾਉਣਾ ਔਰ ਜੋ ਸਾਡੇ ਮਾਣਯੋਗ CM ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ 'ਤੇ ਪਾਲਣਾ ਕਰਦੇ ਹੋਏ ਔਰ ਸਾਰੀ ਫੋਰਸ ਨੂੰ ਵੀ ਮੋਟੀਵੇਟ ਰੱਖਿਆ। ਔਰ ਜਿਹੜਾ ਇਹ ਬੱਚਿਆਂ ਵਾਲੀ ਗੱਲ ਤੁਸੀਂ ਦੱਸ ਰਹੇ ਹੋ, ਦੇਖੋ ਇਹਦੇ 'ਚ ਬੜੇ ਸੋਸ਼ੋ ਇਕਨੋਮਿਕ ਪ੍ਰੋਬਲਮਸ ਹੁੰਦੀਆਂ ਔਰ ਇਹਨਾਂ ਦਾ ਅਸੀਂ ਇਲਾਜ ਵੀ ਕਰਾਵਾਂਗੇ ਔਰ ਇਸੇ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਤੇ ਹੈਲਥ ਅਥਾਰਟੀਜ਼ ਬੜਾ ਇੰਪੋਰਟੈਂਟ ਕੰਪੋਨੈਂਟ ਹੈ ਡਰੱਗਸ ਦਾ, ਉਹਨਾਂ ਨੂੰ ਸ਼ਾਮਿਲ। ਜਿਵੇਂ ਚੰਡੀਗੜ੍ਹ ਦੀ ਗੱਲ ਕਰੀਏ ਜਾਂ ਫਿਰ ਪੰਚਕੂਲਾ ਦੀ ਗੱਲ ਕਰੀਏ, ਹਰਿਆਣਾ ਹੋ ਗਿਆ ਇੱਕ ਪਾਸੇ, UP ਹੋ ਗਿਆ, ਸਪਲਾਈ ਲਾਈਨ ਤੋੜਨੀ ਪਈ ਤਾਂ ਫਿਰ ਸਪਲਾਈ ਤਾਂ ਉੱਥੇ ਤੱਕ ਵੀ ਚੇਨ ਬਣੀ ਹੋਈ ਹੈ, ਉਹਨੂੰ ਕਿਵੇਂ ਤੋੜਿਆ ਜਾਏਗਾ? ਦੇਖੋ ਭਾਈ ਸਾਹਿਬ, ਬੜੀ ਸਿੰਪਲ ਗੱਲ ਹੈ, ਸਪਲਾਈ ਲਾਈਨ ਚਾਹੇ ਇੰਟਰ ਸਟੇਟ ਹੋਵੇ, ਚਾਹੇ ਇੰਟਰ ਡਿਸਟ੍ਰਿਕਟ ਹੋਵੇ, ਚਾਹੇ ਕੁਤੇ ਵੀ ਹੋਵੇ, ਜਦੋਂ ਇੱਕ ਬੰਦਾ NDPS ਬੜਾ ਸਟ੍ਰਿਕਟ ਐਕਟ ਹੈਗਾ ਔਰ ਉਹਦੇ 'ਚ ਪ੍ਰੋਵੀਜ਼ਨਸ ਜਿਹੜੀਆਂ ਲਾਅ ਮੇਕਰਸ ਨੇ ਬੜੀਆਂ ਇਫੈਕਟਿਵ ਬਣਾਈਆਂ, ਕਿਉਂਕਿ ਕੋਈ ਬੰਦਾ ਵੀ ਕਿਸੇ ਤਰ੍ਹਾਂ ਦਾ ਵੀ ਰੋਲ ਹੈ ਉਹ ਡਿਫਾਈਨਡ ਹੈ NDPS ਐਕਟ 'ਚ, ਬੜੀਆਂ ਅੱਛੀਆਂ ਅਮੈਂਡਮੈਂਟਸ ਵੀ ਆਈਆਂ, ਉਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ ਲੀਗਲੀ, ਚਾਹੇ ਅਸੀਂ ਕਿਤੋਂ ਵੀ ਜਾ ਕੇ ਕਿਸੇ ਬੰਦੇ ਨੂੰ ਜਿਹੜਾ ਕੋਈ ਇਹਦੇ 'ਚ ਇਨਵੋਲਵਡ ਹੈ ਉਹਨੂੰ ਲੀਗਲੀ ਆਪਾਂ ਉਹਦੇ ਖਿਲਾਫ਼ ਕਾਰਵਾਈ ਕਰ ਦੇ ਸਕਦੇ। ਵੀਡੀਓ ਵਾਇਰਲ ਹੁੰਦੀ ਹੈ ਔਰ ਜੋ ਨਸ਼ਾ ਵੇਚਣ ਵਾਲੇ ਦੀ ਪਿਟਾਈ ਪੰਚਾਇਤ ਕਰਦੀ ਹੈ ਜਾਂ ਆਮ ਪਬਲਿਕ ਉੱਥੇ ਕਰ ਰਹੀ ਹੁੰਦੀ ਹੈ, ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਔਰ ਕਿੰਨਾ ਕੁ ਜਾਇਜ਼ ਹੈ ਕਿੰਨਾ ਕੁ? ਦੇਖੋ ਅੱਜ ਤੁਹਾਡੇ ਨਾਲ ਮੈਂ ਇਹ ਵੀ ਸ਼ੇਅਰ ਕਰਨਾ ਚਾਹੁੰਦਾ, 14 ਪੰਚਾਇਤਾਂ ਨੇ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਵੱਖ ਵੱਖ ਸਬ ਡਿਵੀਜ਼ਨ ਦੇ, ਉਹਨਾਂ ਨੇ ਮਤੇ ਵੀ ਪਾਏ ਆ ਵੀ ਅਸੀਂ ਨਸ਼ਾ ਮੁਕਤ ਆਪਣੇ ਏਰੀਏ ਨੂੰ ਕਰਾਂਗੇ ਔਰ ਅਸੀਂ ਜਿਹੜੇ ਨਸ਼ਾ ਕੋਈ ਵੇਚਣ ਵਾਲਾ ਜਾਂ ਕੋਈ ਸੇਵਨ ਕਰਨ ਵਾਲਾ ਉਹਦੇ ਮਤਲਬ ਜਿਹਦੀ ਇਲਾਜ ਦੀ ਲੋੜ ਹੈ ਇਲਾਜ ਕਰਾਵਾਂਗੇ, ਦੂਜਿਆਂ ਨੂੰ ਅਸੀਂ ਪੁਲਿਸ ਦੇ ਹਵਾਲੇ ਕਰਾਂਗੇ। ਸੋ ਇਹ ਬੜਾ ਕੰਟੀਨਿਊਸ ਪ੍ਰੋਸੈਸ ਹੈ ਔਰ ਇਹ ਚੱਲਦਾ ਰਹੇਗਾ ਇਸੇ ਤਰੀਕੇ ਨਾਲ, ਉਹ ਇਹਨੂੰ ਮਤਲਬ ਇੱਕ ਦਿਨ ਦੇ ਨਾਲ ਅਸੀਂ ਰਿਲੇਟ ਨਹੀਂ ਕਰ ਸਕਦੇ, ਕੌਂਸਟੈਂਟ ਡਰਾਈਵ ਰਹੇਗੀ ਸਾਡੀ। 15 ਅਗਸਤ ਆ ਰਹੀ ਹੈ, ਉਹਨੂੰ ਲੈ ਕੇ ਕਿਸ ਤਰੀਕੇ ਤਿਆਰੀ, ਜਿਵੇਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ 5 ਅੱਤਵਾਦੀ ਫੜੇ ਗਏ ਨੇ ਮੋਹਾਲੀ SOC ਵੱਲੋਂ? ਦੇਖੋ ਭਾਈ ਸਾਹਿਬ, ਅੱਜ ਆਪਾਂ ਡਰੱਗਸ ਦੇ ਬਾਰੇ ਗੱਲ ਕਰ ਰਹੇ ਹਾਂ, ਮੈਂ ਤੁਹਾਨੂੰ ਸ਼ੋਰਟਲੀ ਇਹ ਕਹਿ ਸਕਦਾ ਕਿ ਅਸੀਂ ਬਿਲਕੁਲ ਪੂਰੀ ਤਰ੍ਹਾਂ ਤਿਆਰ ਹਾਂ
ਔਰ ਬਿਲਕੁਲ ਇਨਸ਼ੋਰ ਕਰਾਂਗੇ ਕਿ ਪੂਰੀ ਲਾਅ ਐਂਡ ਆਰਡਰ ਸਿਕਿਉਰਿਟੀ ਮੇਨਟੇਨ ਕੀਤੀ ਜਾਂਦੀ। ਪੁਲਿਸ ਸਾਹਿਬ, ਇੱਕ ਵੱਡਾ ਸਵਾਲ ਇੱਥੇ ਇਹ ਵੀ ਬਣਦਾ ਕਿਉਂਕਿ ਜਿਸ ਇਲਾਕੇ 'ਚ ਆਪਾਂ ਖੜ੍ਹੇ ਹਾਂ ਪੀ ਜੀ ਦਾ ਇਲਾਕਾ ਹੈ, ਅਤੇ ਇਸ ਪੀ ਜੀ ਦੇ ਇਲਾਕੇ ਦੇ ਵਿੱਚ ਕਈ ਵਾਰੀ ਲੋਕ ਜਿਹੜੇ ਬਾਹਰਲੇ ਸੂਬੇ ਤੋਂ ਆ ਕੇ ਰਹਿੰਦੇ ਨੇ, ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਹੜੇ ਫੇਕ ਆਈਡੈਂਟੀਜ਼ ਨਾਲ ਰਹਿੰਦੇ ਨੇ, ਉਹਨਾਂ ਦਾ ਸਿਰਫ ਆਧਾਰ ਕਾਰਡ ਇਹਨਾਂ ਮਾਲਕਾਂ ਨੂੰ ਤਾਂ ਲੈ ਲਿੱਤੇ ਜਾਂਦੇ ਨੇ, ਪਰ ਉਸ ਤੋਂ ਬਾਅਦ ਜਦੋਂ ਕੋਈ ਵਾਰਦਾਤ ਹੋ ਜਾਂਦੀ ਹੈ ਉਸ ਵਕਤ ਜਦੋਂ ਆਈਡੀਜ਼ ਨਿਕਲਦੀਆਂ ਤਾਂ ਫੇਕ ਨਿਕਲਦੀਆਂ ਨੇ, ਉਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਕਦਮ ਚੱਕੇ ਜਾਣਗੇ ਤਾਂ ਕਿ ਜਿਹੜਾ ਵੀ ਇਨਸਾਨ ਇੱਥੇ ਆ ਕੇ ਰਹੇ ਉਸਦੀ ਜਿਹੜੀ ਪਛਾਣ ਉਸ ਨੂੰ ਪੁਖਤਾ ਕੀਤਾ ਜਾਵੇ। ਦੇਖੋ, ਅਸੀਂ ਮੈਂਡੇਟਰੀ ਕੀਤਾ ਹੋਇਆ 144 ਦੇ ਤਹਿਤ ਡਿਸਟ੍ਰਿਕਟ ਮੈਜਿਸਟਰੇਟ ਸਾਹਿਬ ਤੋਂ ਵੀ ਇਹ ਅਸੀਂ ਸਾਰਾ ਆਰਡਰ ਜਿਹੜੇ ਇਹਨਾਂ ਦੇ ਕਰਾਏ ਹੋਏ ਹੈ ਜੀ, ਔਰ ਜਿੱਥੇ ਨਹੀਂ ਹੋਏਗਾ ਅਸੀਂ ਹੁਣ ਐਕਸ਼ਨ ਵੀ ਸ਼ੁਰੂ ਕਰਾਂਗੇ 188 ਦੇ ਤਹਿਤ। ਜਿਹੜਾ ਵੀ ਬੰਦਾ ਮਤਲਬ ਇੱਕ ਇਲੀਗੈਲਿਟੀ ਕਰਦਾ ਹੈ, ਚਾਹੇ ਉਹ ਮਾਲਕ ਮਕਾਨ ਹੈ, ਤਾਂ ਇਹਦੇ ਤੁਹਾਡੇ ਰਾਹੀਂ ਮੈਂ ਉਹਨਾਂ ਨੂੰ ਵੀ ਇੱਕ ਵਾਰ ਦੁਬਾਰਾ ਇਹ ਵਾਰਨ ਵੀ ਕਰਦਾ ਔਰ ਅਪੀਲ ਵੀ ਕਰਦਾ ਕਿ ਤੁਸੀਂ ਕਾਇੰਡਲੀ ਇਹਨੂੰ ਰਜਿਸਟਰ ਕਰਾਓ, ਕਿਉਂਕਿ ਇਹ ਸਾਰਿਆਂ ਦੀ ਸਿਕਿਉਰਿਟੀ ਅਤੇ ਸੇਫਟੀ ਵਾਸਤੇ ਬਹੁਤ ਜ਼ਰੂਰੀ ਹੈ ਜੀ ਸਰ, ਕਿਉਂਕਿ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ। ਟ੍ਰਾਈ ਸਿਟੀ ਦਾ ਪਾਰਟ ਹੈ ਆਪਣਾ ਜ਼ਿਲ੍ਹਾ, ਹਿਮਾਚਲ, ਹਰਿਆਣਾ, ਚੰਡੀਗੜ੍ਹ, ਇਹ ਵੀ ਪਾਰਟ ਹੈ, ਤਾਂ ਕਿਸ ਤਰ੍ਹਾਂ, ਕਿਉਂਕਿ ਬੜਾ ਈਜ਼ੀ ਪਹਿਲਾਂ ਵੀ ਦੇਖਿਆ ਇਨਕਾਊਂਟਰ ਹੋਏ, ਕਈ ਕਾਬੂ ਵੀ ਕੀਤੇ ਗਏ ਨੇ ਗੈਂਗਸਟਰ, ਤਾਂ ਕਿਸ ਤਰ੍ਹਾਂ ਇਹ ਟਾਸਕ ਹੁੰਦਾ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਰਹਿੰਦੀ ਹੈ ਤੁਹਾਡੀ? ਦੇਖੋ, ਸਾਡੀ ਕੋਆਰਡੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਚਾਹੇ ਉਹ ਯੂਟੀ ਪੁਲਿਸ ਹੈ, ਚਾਹੇ ਉਹ ਹਰਿਆਣਾ ਪੁਲਿਸ ਹੈ, ਕੋਈ ਵੀ ਹੋਰ ਸਾਡੇ ਜਿਹੜੀ ਸਟੇਟ ਅਤੇ ਨੋਡਲ ਆਫਿਸਰ ਵੀ ਨੇ ਇੰਟਰ ਸਟੇਟ, ਸਾਡੀ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਨਾਲ ਵੀ ਤੁਸੀਂ ਦੇਖਦੇ ਰਹਿੰਦੇ ਹੋ, ਬੜੀ ਅੱਛੀ ਹੈ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ, ਬੜਾ ਕੰਫਰਟ ਜ਼ੋਨ ਹੈ। ਔਰ ਕਿਉਂਕਿ ਸਭ ਦਾ ਹੀ ਇੱਕ ਧਈਆ ਹੈ ਕਿ ਅਸੀਂ ਕ੍ਰਾਈਮ ਫਰੀ ਕਰਨਾ ਹੈ ਔਰ ਕ੍ਰਿਮੀਨਲਸ ਦੇ ਖਿਲਾਫ ਐਕਸ਼ਨ ਲੈਣਾ। ਵੈਸੇ ਵੀ ਰੀਜਨਲ, ਤੁਹਾਨੂੰ ਪਤਾ ਹੈ ਵੀ ਇਸ 4-5 ਸਟੇਟਸ ਦੀ ਇੱਕ ਰੀਜਨਲ ਐਪੈਕਸ ਬੋਡੀ ਵੀ ਬਣੀ ਹੋਈ, ਜਿਹੜੇ CM ਲੈਵਲ 'ਤੇ ਰੈਗੂਲਰ ਮੀਟਿੰਗਸ ਵੀ ਹੁੰਦੀਆਂ DG ਸਾਹਿਬ ਦੇ ਲੈਵਲ 'ਤੇ ਵੀ। ਸੋ ਉਹਦੇ 'ਚ ਹੀ ਸਾਰਾ ਇਹ ਡਾਊਨ ਦੀ ਲਾਈਨ ਮੈਸੇਜ ਬੜਾ ਕਲੀਅਰ ਹੈ, ਸਾਨੂੰ ਕੋਈ ਦਿੱਕਤ ਨਹੀਂ ਹੈ। ਠੀਕ ਹੈ, ਠੀਕ ਹੈ, ਠੀਕ ਹੈ।